ਸਤਿ ਸ਼੍ਰੀ ਅਕਾਲ ਦੋਸਤੋ, ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ। ਵੀਡੀਓ ਦੇ ਵਿੱਚ ਦੋ ਕੁਸ਼ਚਨ ਦੀ ਗੱਲ ਕਰਾਂਗੇ। ਫਸਟ ਕੁਸ਼ਚਨ ਹੈ, ਅ ਪਰਸਨ ਸਟਾਰਟਡ ਹਿਸ ਜਰਨੀ ਇਨ ਦਾ ਮੋਰਨਿੰਗ ਐਟ 11 AM, ਹੀ ਕਵਰਡ 3/8 ਆਫ ਦਾ ਡਿਸਟੈਂਸ। ਔਨ ਦਾ ਸੇਮ ਡੇ ਐਟ 4:30 PM, ਹੀ ਕਵਰਡ 5/6 ਆਫ ਦਾ ਜਰਨੀ। ਸੋ ਤੁਹਾਨੂੰ ਪੁੱਛਿਆ ਉਸਨੇ ਜਰਨੀ ਕਿੰਨੇ ਵਜੇ ਸਟਾਰਟ ਕੀਤੀ। ਚਾਰ ਆਪਸ਼ਨਸ ਤੁਹਾਨੂੰ ਦਿੱਤੇ ਹੋਏ ਨੇ, ਜਿਸ ਤਰ੍ਹਾਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ। 5/6 ਜਰਨੀ ਕੀ ਹੋਏਗੀ, 5/6 ਜੋ ਹੈ ਉਹ ਜ਼ਿਆਦਾ ਹੋਏਗੀ, ਕਿਉਂਕਿ ਉਹ ਬਾਅਦ ਦੇ ਵਿੱਚ ਟਾਈਮ ਦੇ ਨਾਲ ਗਿਵਨ ਹੈ ਜਰਨੀ ਦੀ ਡਿਸਟੈਂਸ। 3/8 ਘੱਟ ਹੋਏਗੀ, ਤਾਂ 5/6 ਦੇ ਵਿੱਚੋਂ 3/8 ਘਟਾ ਦੋਗੇ ਅਤੇ ਉਹ ਡਿਸਟੈਂਸ ਕਵਰ ਹੋਏਗੀ ਤੁਹਾਡੀ 5 hours 30 minutes ਦੇ ਵਿੱਚ। ਇੱਥੇ ਕਰੈਕਸ਼ਨ ਕਰ ਲਓ, 5 hours 30 minutes ਦੇ ਵਿੱਚ, ਠੀਕ ਹੈ। ਕਿਉਂਕਿ ਦੇਖੋ, 11 to 4:20 ਤੱਕ ਦਾ ਟਾਈਮ ਜੋ ਹੈ ਉਹ 5 ਘੰਟੇ 30 ਮਿੰਟ ਬਣਨਗੇ, ਠੀਕ ਹੈ। ਬਟ ਇਸ ਤਰ੍ਹਾਂ ਅਗਰ ਆਪਾਂ ਇਹ ਕੁਸ਼ਚਨ ਕਰਾਂਗੇ ਤਾਂ ਸ਼ਾਇਦ ਇਹ ਕੁਸ਼ਚਨ ਲੈਂਥੀ ਹੋ ਜਾਏਗਾ। ਅਤੇ ਜਿਸ ਤਰ੍ਹਾਂ ਆਪਾਂ ਸਟਾਰਟਿੰਗ ਤੋਂ ਕਰਦੇ ਆਏ ਹਾਂ, ਜਿੱਦਾਂ ਤੁਸੀਂ ਵੀਡੀਓਜ਼ ਦੇਖਦੇ ਹੋ, ਤਾਂ ਇਸ ਕੁਸ਼ਚਨ ਨੂੰ ਆਪਾਂ LCM ਮੈਥਡ ਦੇ ਨਾਲ ਕਰਾਂਗੇ। ਕਾਫੀ ਸਟੂਡੈਂਟਸ ਨੂੰ ਪਤਾ ਹੋਏਗਾ, ਠੀਕ ਹੈ। ਸੋ ਇਸਦਾ ਵਿੱਚ ਆਪਾਂ 6 to 8 ਦਾ LCM ਲਵਾਂਗੇ ਤਾਂ ਕਿੰਨਾ ਆਏਗਾ, 120 ਆਪਾਂ ਈਜ਼ੀਲੀ ਲੈ ਲੈਂਦੇ ਹਾਂ, ਥੋੜ੍ਹਾ ਸੌਖਾ ਰਹੇਗਾ ਕਰਨਾ, ਠੀਕ ਹੈ। 120 ਲੈ ਲੈਂਦੇ ਹਾਂ, 120 ਤੁਸੀਂ ਕੋਈ ਵੀ ਲੈ ਸਕਦੇ ਹੋ। 120 ਆਪਣੇ ਕੋਲ ਅਗਰ LCM ਆ ਜਾਂਦਾ ਹੈ, ਦੈਨ ਆਪਣੇ ਕੋਲ ਉੱਪਰ ਕੀ ਆ ਜਾਏਗਾ, 5/6 ਦੇ ਨਾਲ। ਚਲੋ ਆਪਾਂ ਇੱਦਾਂ ਕਰਦੇ, 120 ਆਪਾਂ ਡਿਸਟੈਂਸ ਲੈ ਲੈਂਦੇ ਹਾਂ, ਠੀਕ ਹੈ, ਗੱਲ ਖਤਮ ਆਪਣੀ। ਜਿੱਦਾਂ ਆਪਾਂ ਹਰ ਕੁਸ਼ਚਨ ਨੂੰ ਟਰਾਈ ਕਰਦੇ ਹਾਂ, 120 ਆਪਾਂ ਡਿਸਟੈਂਸ ਲੈ ਲਈ ਅਤੇ 3/8 ਜੋ ਹੈ ਇਹ ਕਵਰ ਹੋਈ 11 ਵਜੇ ਤੱਕ, ਠੀਕ ਹੈ। ਸੋ 3/8 ਦੇਖਦੇ ਹਾਂ ਕਿੰਨੀ ਬਣਦੀ ਹੈ। 3/8 ਇਸ 120 ਦਾ ਕੱਢੋਗੇ ਤਾਂ 3/8 ਫਾਇੰਡ ਆਊਟ ਕਰਕੇ ਤੁਹਾਡੇ ਕੋਲ ਆ ਜਾਏਗਾ। 3/8 ਕਰੋਗੇ, 8 × 120 = 15, 15×8 = 120, ਤਾਂ ਇਹ ਆ ਜਾਏਗਾ ਤੁਹਾਡਾ 45 ਕਿਲੋਮੀਟਰ, ਠੀਕ ਹੈ। 45 ਮੀਟਰ ਜਾਂ 45 ਯੂਨਿਟ ਕਹਿ ਸਕਦੇ ਹੋ, ਠੀਕ ਹੈ। ਸੋ ਇਹ 45 ਆ ਗਿਆ। ਦੂਸਰਾ ਆਪਾਂ ਕੀ ਫਾਇੰਡ ਆਊਟ ਕਰਨਾ ਹੈ, 5/6, ਤਾਂ 5/6 ਕਿੰਨਾ ਆ ਗਿਆ। 5/6 ਕਰੋਗੇ ਤਾਂ ਆ ਜਾਏਗਾ 5/6 120 ਦਾ ਆ ਜਾਏਗਾ 100, ਠੀਕ ਹੈ। 5/6 100, ਸੋ ਦੈਟ ਮੀਨਸ ਕਿ ਉਸਨੇ 55 ਯੂਨਿਟ, ਇਹ ਜੋ 55 ਯੂਨਿਟ ਨੇ, 55 ਯੂਨਿਟ ਉਹਨੇ ਕਵਰ ਕੀਤੇ ਨੇ ਕਿੰਨੇ ਟਾਈਮ ਦੇ ਵਿੱਚ, 5 ਘੰਟੇ ਅਤੇ 30 ਮਿੰਟ ਦੇ ਵਿੱਚ, 5 ਘੰਟੇ 30 ਮਿੰਟ ਦੇ ਵਿੱਚ। ਇਸ ਨੂੰ ਤੁਸੀਂ ਅਗਰ ਮਿੰਟ ਦੇ ਵਿੱਚ ਕਨਵਰਟ ਕਰ ਲਓ ਤਾਂ 330 ਮਿੰਟ ਬਣਨਗੇ। ਅਤੇ ਅਗਰ ਮੈਂ 100 ਯੂਨਿਟ ਕਰਨੇ ਹੋਣ, 100 ਦੇ 100 ਯੂਨਿਟ ਚੇਂਜ ਕਰਨੇ, ਕਵਰ ਕਰਨੇ ਹੋਣ, ਤਾਂ ਮੇਰੇ ਕਿੰਨੇ ਹੋਣਗੇ, ਦੇਖੋ ਟਾਈਮ। 100 ਯੂਨਿਟ 55 ਉਸ ਸਾਈਡ ਲੈ ਲਾਂਗੇ, 330/55, ਅਤੇ ਇਸ ਦੇ ਨਾਲ ਮਲਟੀਪਲਾਈ ਕਰ ਦਾਂਗੇ 100। ਮੇਰੇ ਖਿਆਲ ਨਾਲ ਸ਼ਾਇਦ ਤੁਹਾਨੂੰ ਸਮਝ ਆ ਗਿਆ ਹੋਵੇਗਾ। 55 ਯੂਨਿਟ ਉਹਨੇ ਕਵਰ ਕੀਤੇ 5 ਘੰਟੇ 30 ਮਿੰਟ ਦੇ ਵਿੱਚ, ਅਤੇ ਇਸ ਨੂੰ ਟਾਈਮ ਦੇ ਵਿੱਚ ਆਪਾਂ ਕਨਵਰਟ ਕਰ ਲਿਆ 330 ਮਿੰਟ। ਅਤੇ 100 ਯੂਨਿਟ ਕਵਰ ਕਰਨ ਲਈ 55 ਮੈਂ ਨੀਚੇ ਲੈ ਗਿਆ, ਅਤੇ ਇਸਨੂੰ 100 ਦੇ ਨਾਲ ਮਲਟੀਪਲਾਈ ਕਰਤਾ, ਤੁਸੀਂ ਦੇਖੋਗੇ 600 ਮਿੰਟ ਆ ਜਾਏਗਾ। ਮੈਥਡ ਉਹ ਵੀ ਸਹੀ ਹੈ, ਮੈਥਡ ਇਸ ਦੇ ਨਾਲ ਵੀ ਹੋ ਜਾਏਗਾ, ਪਰ ਜਲਦੀ ਕਰਨ ਲਈ ਆਪਾਂ ਤੁਹਾਨੂੰ ਜਿੱਦਾਂ ਦੱਸਦੇ ਹਾਂ ਟ੍ਰਿਕਸ ਹਮੇਸ਼ਾ ਕਿ ਕਿਸ ਤਰ੍ਹਾਂ ਕੁਸਚਨ ਨੂੰ ਈਜ਼ੀਲੀ ਸੋਲਵ ਕਰਨਾ ਹੈ। ਬਾਕੀ ਹੋ ਸਕਦਾ ਤੁਹਾਨੂੰ ਇਹ ਮੈਥਡ ਦੇ ਵਿੱਚ ਦਿੱਕਤ ਲੱਗੀ ਹੋਵੇ, ਤਾਂ ਤੁਸੀਂ ਉਸ ਟ੍ਰੈਡੀਸ਼ਨਲ ਮੈਥਡ ਨਾਲ ਫੋਲੋ ਕਰੋ। ਇਸ ਦਾ ਡਿਫਰੈਂਸ ਲੈ ਕੇ, ਇਸ ਦੇ ਨਾਲ ਤੁਸੀਂ ਡਿਫਰੈਂਸ ਲੈ ਕੇ ਡਿਸਟੈਂਸ ਫਾਇੰਡ ਆਊਟ ਕਰੋ, ਫਿਰ ਤੁਸੀਂ ਟੋਟਲ ਡਿਸਟੈਂਸ ਫਾਇੰਡ ਆਊਟ ਕਰੋ, ਫਿਰ ਤੁਸੀਂ ਦੇਖੋ ਕਿ ਉਹਦੀ ਸਪੀਡ ਵਗੈਰਾ ਕਿੱਦਾਂ ਕੈਲਕੂਲੇਟ ਕਰਕੇ ਕੁਸਚਨ ਹੋਏਗਾ। ਮੈਥਡ ਇਹ ਵੀ ਸਹੀ ਹੈ, LCM ਲਿਆ ਤੁਸੀਂ, ਇੱਕ ਡਿਸਟੈਂਸ ਫਾਇੰਡ ਕਰ ਲਈ, ਦੂਜੀ ਕਰ ਲਈ, 55 ਯੂਨਿਟ ਕਵਰ ਹੋ ਗਏ 330 ਮਿੰਟ ਦੇ ਵਿੱਚ, 100 ਯੂਨਿਟ ਕਿੰਨੇ ਦੇ ਵਿੱਚ ਕਵਰ ਹੋਣਗੇ, 330/55 ਦੇ ਨਾਲ 6 ਦੇ ਨਾਲ ਕੈਂਸਲ ਕਰ ਦੋਗੇ ਤਾਂ ਸ਼ਾਇਦ 6 ਦੇ ਨਾਲ ਬਣੇਗਾ, 55 ਦੇ ਨਹੀਂ, ਇਹ 65 ਦੇ ਨਾਲ ਬਣੇਗਾ। ਇੱਥੇ ਕੈਲਕੂਲੇਸ਼ਨ 55 ਦੇ ਨਾਲ 11 ਆਏਗਾ, ਨਹੀਂ ਇੱਥੇ ਗਲਤੀ ਹੋਈ ਹੈ। ਸੋ ਇੱਥੇ ਜੋ ਹੈ ਉਹ 600 ਨਹੀਂ ਆਏਗਾ, ਚੈੱਕ ਕਰਦੇ ਹਾਂ ਇੱਥੇ ਕਿੰਨਾ ਆਏਗਾ, ਇੱਥੇ 600 ਨਹੀਂ ਆਏਗਾ। ਇੱਥੇ ਆਪਣੇ ਕੋਲ ਅਗਰ 65 ਹੁੰਦਾ ਫਿਰ ਤਾਂ 600 ਆ ਜਾਣਾ ਸੀ, ਹੁਣ ਆਪਣੇ ਕੋਲ ਕਿੰਨਾ ਆਏਗਾ ਇਹ, ਇੱਥੇ ਆਏਗਾ 11 3 33 300/11 ਮਿੰਟ ਆਣਗੇ, ਠੀਕ ਹੈ। ਅਤੇ 300/11 ਮਿੰਟ ਲੱਗਣਗੇ ਉਹਨੂੰ, 11 ਦੇ ਨਾਲ 5 ਆਏਗਾ, 11 5 55 ਅਤੇ 11 3 33, ਤਾਂ ਕੈਂਸਲ ਤਾਂ ਇਹ ਹੋ ਹੀ ਜਾਏਗਾ, ਠੀਕ ਹੈ। ਸੋ ਇਸ ਦੇ ਵਿੱਚ ਆਣਗੇ ਪੂਰੇ 600 ਮਿੰਟ ਹੀ ਬਣ ਰਹੇ ਨੇ। ਸੋ 5 6 30, ਹਾਂਜੀ 600 ਮਿੰਟ ਹੀ ਬਣ ਰਹੇ ਨੇ, ਗਲਤੀ ਨਹੀਂ ਹੈ, 600 ਮਿੰਟ ਹੀ ਬਣ ਰਹੇ ਨੇ, ਠੀਕ ਹੈ। 55 ਦੇ ਨਾਲ 6 ਦੇ ਨਾਲ ਕਰੋਗੇ ਤਾਂ 600 ਮਿੰਟ ਬਣ ਜਾਣਗੇ, ਠੀਕ ਹੈ। 600 ਮਿੰਟ ਇੱਥੇ ਬਣਨਗੇ, ਦੈਟ ਮੀਨਸ ਅਗਰ ਉਹਨੇ ਜਰਨੀ 3/8 ਅਤੇ ਇੰਨੀ 11 AM ਹੈ, ਅਤੇ ਉਸਨੇ 3/8 ਮਤਲਬ 45 ਯੂਨਿਟ ਕਵਰ ਕੀਤੇ ਨੇ, ਠੀਕ ਹੈ।
100 ਯੂਨਿਟ ਉਹ 600 ਮਿੰਟ ਦੇ ਵਿੱਚ ਕਰ ਰਿਹਾ ਤਾਂ 1 ਯੂਨਿਟ ਕਿੰਨੇ ਦੇ ਵਿੱਚ ਕਰੇਗਾ 1 ਯੂਨਿਟ ਕਰ ਰਿਹਾ ਉਹ ਕਵਰ ਦੈਟ ਮੀਨਸ 6 ਮਿੰਟ ਦੇ ਵਿੱਚ 6 ਮਿੰਟ ਦੇ ਵਿੱਚ 1 ਯੂਨਿਟ ਕਵਰ ਕਰ ਰਿਹਾ ਤਾਂ ਇਸ ਦੇ ਵਿੱਚ 45 ਯੂਨਿਟ ਉਸਨੇ ਕੰਪਲੀਟ ਕੀਤੇ ਹਨ ਅਪ ਟੂ 11 AM ਦੈਟ ਮੀਨਸ ਉਸਨੇ 45 ਯੂਨਿਟ ਕੰਪਲੀਟ ਕਰਨ ਲਈ 45 ਗੁਣਾ 6 ਮਿੰਟ ਲਗਾਏ 45 ਗੁਣਾ 6 ਹੋ ਗਿਆ ਤੁਹਾਡਾ 45 ਗੁਣਾ 90 270 ਮਿੰਟ ਅਤੇ 270 ਮਿੰਟ ਤੁਹਾਡੇ ਬਣ ਰਹੇ ਨੇ 270 ਮਿੰਟ ਬਣਨਗੇ ਤੁਹਾਡੇ 4 ਘੰਟੇ 30 ਮਿੰਟ ਠੀਕ ਹੈ ਮਤਲਬ 11 ਵਜੇ ਤੋਂ ਪਹਿਲਾਂ 4 ਘੰਟੇ ਉਹਨੇ ਸ਼ੁਰੂ ਕੀਤੀ ਹੋਏਗੀ 11 ਤੋਂ 4 ਘਟਾਓਗੇ ਤਾਂ 7 ਆਏਗਾ 7 ਤੋਂ ਅੱਧਾ ਘੰਟਾ ਹੋਰ ਪਹਿਲਾਂ ਕਰ ਲਓ ਤਾਂ ਤੁਹਾਡਾ ਆਂਸਰ ਜੋ ਹੈ ਐਗਜੈਕਟਲੀ ਬਣੇਗਾ 6:30 ਵਜੇ ਉਸਨੇ ਆਪਣੀ ਜਰਨੀ ਸਟਾਰਟ ਕੀਤੀ ਹੋਏਗੀ ਆਈ ਥਿੰਕ ਤੁਹਾਨੂੰ ਸਮਝ ਤਾਂ ਆ ਗਿਆ ਹੋਏਗਾ ਪਰ ਇੱਕ ਵਾਰੀ ਤੁਸੀਂ ਇਸ ਕੁਸ਼ਚਨ ਨੂੰ ਮੈਥਡ ਇਹ ਵਾਲਾ ਫੋਲੋ ਕਰਕੇ ਦੇਖੋ ਇਸ ਮੈਥਡ ਨਾਲ ਕੁਸ਼ਚਨ ਕਰੋਗੇ ਤਾਂ ਅਪਰੋਕਸੀਮੇਟਲੀ 1 ਮਿੰਟ ਦੇ ਵਿੱਚ ਇਹ ਕੁਸ਼ਚਨ ਹੋ ਜਾਏਗਾ ਗੱਲ ਕਰਦੇ ਹਾਂ ਦੂਜੇ ਕੁਸ਼ਚਨ ਦੀ ਮੈਥਡ ਇਹ ਵੀ ਹੋ ਜਾਏਗਾ ਇਸ ਦੇ ਨਾਲ ਥੋੜ੍ਹਾ ਲੈਂਥੀ ਪ੍ਰੋਸੀਜਰ ਰਹੇਗਾ ਪਹਿਲਾਂ ਤੁਹਾਨੂੰ ਸਪੀਡ ਫਾਇੰਡ ਆਊਟ ਕਰਨੀ ਪਏਗੀ ਫਿਰ ਲੈਂਥੀ ਹੋ ਸਕਦਾ ਹੈ ਮੈਂ ਕਰਕੇ ਨਹੀਂ ਦੇਖਿਆ ਇਹ ਮੈਥਡ ਕਿਉਂਕਿ ਮੈਂ ਅਗਰ ਇਹ ਕੁਸ਼ਚਨ ਆਉਂਦਾ ਤਾਂ ਮੈਂ ਇਹ ਮੈਥਡ ਸ਼ਾਇਦ ਯੂਜ਼ ਕਰਦਾ ਠੀਕ ਹੈ ਗੱਲ ਕਰਦੇ ਹਾਂ ਦੂਜੇ ਕੁਸ਼ਚਨ ਦੀ ਦੂਜੇ ਕੁਸ਼ਚਨ ਦੇ ਵਿੱਚ ਕੀ ਹੈ ਦੂਜੇ ਕੁਸ਼ਚਨ ਦੇ ਵਿੱਚ ਹੈ ਕਿ ਏ ਇਜ਼ ਟਵਾਈਸ ਐਜ਼ ਫਾਸਟ ਐਜ਼ ਬੀ ਐਂਡ ਬੀ ਇਜ਼ ਥ੍ਰਾਈਸ ਐਜ਼ ਫਾਸਟ ਐਜ਼ ਸੀ ਤਾਂ ਕਹਿੰਦਾ ਹੈ ਕਿ ਜਿੰਨਾ ਸੀ ਤੇਜ਼ ਹੈ ਉਸ ਤੋਂ ਦੁੱਗਣਾ ਉਸ ਤੋਂ ਤਿੱਗਣਾ ਬੀ ਤੇਜ਼ ਹੈ ਠੀਕ ਹੈ ਅਤੇ ਉਸ ਤੋਂ ਏ ਇਜ਼ ਟਵਾਈਸ ਐਜ਼ ਫਾਸਟ ਐਜ਼ ਬੀ ਤਾਂ ਏ ਜੋ ਹੈ ਉਹ ਉਸ ਤੋਂ ਬੀ ਤੋਂ ਵੀ ਦੁੱਗਣਾ ਦੈਟ ਮੀਨਸ ਅਗਰ ਮੈਂ ਇੱਥੇ ਬੀ ਲਿਖਾਂ ਅਤੇ ਏ ਲਿਖਾਂ ਤਾਂ ਏ ਬੀ ਅਤੇ ਸੀ ਸਿੰਪਲ ਲਿਖ ਲਿਆ ਪਹਿਲਾਂ ਉਸ ਤੋਂ ਬਾਅਦ ਮੈਨੂੰ ਕਿਹਾ ਗਿਆ ਮੈਂ ਸੀ ਨੂੰ ਮੰਨ ਲਿਆ ਸੀ ਕਿੰਨਾ ਹੈ ਸੀ ਹੈ ਆਪਣਾ 1 ਸੀ 1 ਹੈ ਤਾਂ ਬੀ ਕਿੰਨਾ ਹੋਏਗਾ ਬੀ ਹੋਏਗਾ 2 ਅਤੇ ਅਗਰ ਬੀ 2 ਹੈ ਤਾਂ ਏ ਕਿੰਨਾ ਹੋਏਗਾ ਨਹੀਂ ਬੀ ਹੋਏਗਾ 3 ਕਿਉਂਕਿ ਬੀ ਥਰਾਈਸ ਹੈ ਅਤੇ ਏ ਕਿੰਨਾ ਹੋਏਗਾ ਏ ਹੋਏਗਾ 6 ਇੱਥੇ ਇੱਕ ਸਿੰਪਲ ਜੀ ਰੇਸ਼ੋ ਲਿਖ ਲਈ ਏ ਬੀ ਤੋਂ ਦੁੱਗਣਾ ਹੈ ਅਤੇ ਬੀ ਸੀ ਤੋਂ ਤਿੱਗਣਾ ਹੈ ਅੱਗੇ ਕੀ ਕਹਿ ਰਿਹਾ ਹੈ ਕਹਿੰਦਾ ਜਦ ਜਰਨੀ ਅੱਛਾ ਇਹ ਸਪੀਡ ਦੀ ਹੋਏਗੀ ਕਿਉਂਕਿ ਇਹ ਫਾਸਟ ਹੈ ਨਾ ਲਿਖਿਆ ਫਾਸਟ ਦੈਟ ਮੀਨਸ ਇੱਥੇ ਸਪੀਡ ਹੋਏਗੀ ਇਹ ਜਾਂ ਉਸਦੀ ਕੰਮ ਕਰਨ ਦੀ ਸ਼ਕਤੀ ਕਹਿ ਸਕਦੇ ਹੋ ਜਾਂ ਸਪੀਡ ਕਹਿ ਲਓ ਸੋ ਇਹ ਸਪੀਡ ਦੀ ਰੇਸ਼ੋ ਆ ਗਈ ਸੀ ਬੀ ਅਤੇ ਏ ਦੀ ਦਾ ਜਰਨੀ ਕਵਰਡ ਬਾਏ ਸੀ ਇਨ 1.5 ਆਵਰ ਵਿਲ ਬੀ ਕਵਰਡ ਬਾਏ ਏ ਇਨ ਤਾਂ ਇਸਨੇ ਪੁੱਛਿਆ ਹੈ ਕਿ ਅਗਰ ਸੀ 1.5 ਘੰਟੇ ਦੇ ਵਿੱਚ ਡਿਸਟੈਂਸ ਟਰੈਵਲ ਕਰਦਾ ਹੈ ਹੁਣ ਮੰਨ ਲਓ 1.5 ਘੰਟੇ ਦੇ ਵਿੱਚ ਉਹ ਪਹਿਲਾਂ ਆਪਾਂ ਲੈ ਲਈ ਉਹਦੀ ਸਪੀਡ 1 ਅਤੇ ਉਸਦੇ ਨਾਲ ਲੈ ਲਿਆ ਆਪਾਂ 1.5 ਤਾਂ ਦੈਟ ਮੀਨਸ ਡਿਸਟੈਂਸ ਕਿੰਨੀ ਹੋ ਗਈ 1.5 ਕਿਲੋਮੀਟਰ ਡਿਸਟੈਂਸ ਕਿੰਨੀ ਹੋ ਗਈ 1.5 ਕਿਲੋਮੀਟਰ ਅਤੇ ਬੀ ਏ ਕਿੰਨੀ ਕਵਰ ਕਰ ਰਿਹਾ 1 ਘੰਟੇ ਦੇ ਵਿੱਚ ਏ ਕਰ ਰਿਹਾ ਹੈ ਦੇਖੋ 6 ਦੀ ਸਪੀਡ ਹੈ ਉਹਦੀ 6 ਕਿਲੋਮੀਟਰ ਪਰ ਆਵਰ ਲੈ ਲਈਏ ਤਾਂ 6 ਮਤਲਬ 6 ਕਿਲੋਮੀਟਰ ਉਹ 1 ਘੰਟੇ ਦੇ ਵਿੱਚ ਕਰ ਰਿਹਾ ਹੈ ਠੀਕ ਹੈ ਤਾਂ 6 ਕਿਲੋਮੀਟਰ 1 ਘੰਟੇ ਦੇ ਵਿੱਚ ਕਰ ਰਿਹਾ ਹੈ ਤਾਂ ਉਸਨੂੰ ਆਪਾਂ ਕਰਨੇ ਕਿੰਨੇ ਹਨ ਉਸਨੇ 1.5 ਅਤੇ ਤੁਸੀਂ ਦੇਖ ਸਕਦੇ ਹੋ 6 ਕਿਲੋਮੀਟਰ ਨੂੰ 4 ਦੇ ਨਾਲ ਡਿਵਾਈਡ ਕਰ ਦਾਂਗੇ ਤਾਂ ਤੁਹਾਡਾ ਆਂਸਰ ਆ ਜਾਏਗਾ ਦੈਟ ਮੀਨਸ 1 ਘੰਟੇ ਨੂੰ ਵੀ 4 ਨਾਲ ਡਿਵਾਈਡ ਕਰਨਾ ਪਏਗਾ ਤਾਂ 15 ਮਿੰਟ ਇੱਥੋਂ ਆਂਸਰ ਬਣ ਜਾਏਗਾ ਤੁਹਾਡਾ ਕਿ 15 ਮਿੰਟ ਉਸਨੂੰ ਲੱਗਣਗੇ ਏ ਨੂੰ ਉਸ ਡਿਸਟੈਂਸ ਨੂੰ ਕਵਰ ਕਰਨ ਲਈ ਬਾਕੀ ਇਸ ਵੀਡੀਓ ਦੇ ਵਿੱਚ 2 ਕੁਸ਼ਚਨਸ ਆਪਾਂ ਕੀਤੇ ਨੇ ਹੋਰ ਕੁਸ਼ਚਨਸ ਆਪਾਂ ਨਾਲ ਦੀ ਨਾਲ ਕਰਦੇ ਰਹਿੰਦੇ ਹਾਂ ਅਤੇ ਹੋਰ ਕੋਈ ਤੁਹਾਨੂੰ ਲੱਗਦਾ ਹੈ ਟੋਪਿਕ ਕਿ ਤੁਹਾਨੂੰ ਡਾਊਟ ਹੈ ਕਿਸੇ ਟੋਪਿਕ ਦਾ ਤੁਸੀਂ ਸ਼ੇਅਰ ਕਰਿਓ ਇਹ ਕੁਸ਼ਚਨਸ ਵੀ ਆਪਣੇ ਕੋਲ ਸੈਂਡ ਕੀਤੇ ਗਏ ਸੀਗੇ ਕਿਸੇ ਸਟੂਡੈਂਟ ਦੇ ਵੱਲੋਂ ਸੋ ਇਹ ਕੁਸ਼ਚਨਸ ਦੋ ਨੇ ਇਸ ਨੂੰ ਕਰਨ ਦੇ ਇਹ ਮੈਥਡ ਤੁਹਾਨੂੰ ਈਜ਼ੀਲੀ ਲੱਗਣਗੇ ਸ਼ਾਇਦ ਅਤੇ ਇਸ ਮੈਥਡ ਦੇ ਨਾਲ ਕਰੋ ਤਾਂ ਬੈਟਰ ਹੈ ਅਤੇ ਇਸ ਤੋਂ ਪਹਿਲਾਂ ਕੁਸ਼ਚਨ ਤੁਸੀਂ ਥੋੜ੍ਹਾ ਜਿਹਾ ਉਹ ਲੱਗ ਰਿਹਾ ਸੀ ਕਿ ਕੰਪਲੈਕਸ ਹੋ ਸਕਦਾ ਹੈ ਅਤੇ ਬਟ ਉਸਦੇ ਵਿੱਚ ਵੀ ਤੁਸੀਂ ਇਸ ਮੈਥਡ ਨਾਲ ਲੈ ਕੇ ਚਲੋ ਐਲਸੀਐਮ ਦਾ ਮੈਥਡ ਮੈਂ ਸਟਾਰਟਿੰਗ ਤੋਂ ਹੀ ਬਹੁਤ ਕੰਸਨਟ੍ਰੇਟ ਕੀਤਾ ਹੈ ਐਲਸੀਐਮ ਦੇ ਮੈਥਡ ਦੇ ਉੱਤੇ ਅਤੇ ਐਲਸੀਐਮ ਦੇ ਮੈਥਡ ਦੇ ਵਿੱਚ ਆਪਾਂ ਹਮੇਸ਼ਾ ਹੀ ਬਹੁਤ ਸਾਰੇ ਕੁਸ਼ਚਨ ਅਲੱਗ ਅਲੱਗ ਤਰੀਕਾਂ ਦੇ ਨਾਲ ਕਰਦੇ ਰਹਿੰਦੇ ਹਾਂ ਸੋ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਥੈਂਕ ਯੂ ਸੋ ਮੱਚ ਇਸ ਵੀਡੀਓ ਨੂੰ ਦੇਖਣ ਲਈ ਅਤੇ ਚੈਨਲ ਦੇ ਨਾਲ ਜੁੜੇ ਰਹੋ ਆਪਣੀ ਫੀਡਬੈਕ ਦੇਣ ਲਈ ਜਿਨ੍ਹਾਂ ਕੋਲ ਪੁਰਾਣਾ ਨੰਬਰ ਹੈ ਉਹ ਨੰਬਰ ਪਲੀਜ਼ ਅਪਡੇਟ ਕਰ ਲੈਣ ਆਪਣਾ ਨੰਬਰ ਜੋ ਹੈ ਇਸ ਟਾਈਮ ਥੋੜ੍ਹਾ ਜਿਹਾ ਉਹ ਪਲੈਨਸ ਚੇਂਜ ਨੇ ਅਤੇ ਆਪਣਾ ਆਈਡੀਆ ਦਾ ਨੰਬਰ ਜੋ ਹੈ 87 27 53 00 ਵਾਲਾ ਨੰਬਰ ਇਹ ਪਰਮਾਨੈਂਟ ਆਪਣਾ ਨੰਬਰ ਚੱਲਦਾ ਰਹੇਗਾ ਹਮੇਸ਼ਾ ਅਤੇ ਜਿਨ੍ਹਾਂ ਨੂੰ ਕੋਈ ਫੀਡਬੈਕ ਦੇਣੀ ਹੈ ਜਾਂ ਜਿਨ੍ਹਾਂ ਨੂੰ ਕੋਈ ਲੱਗਦਾ ਹੈ ਕਿ ਕੋਈ ਡਾਊਟ ਹੈ ਜਾਂ ਕੋਈ ਟੋਪਿਕ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉਹ ਸਟਾਰਟ ਕਰਨਾ ਹੈ ਤੁਸੀਂ ਇਸ ਦੇ ਉੱਤੇ ਮੈਸੇਜ ਸੈਂਡ ਕਰ ਸਕਦੇ ਹੋ ਅਤੇ ਥੈਂਕ ਯੂ ਸੋ ਮੱਚ ਹੈਵ ਅ ਨਾਈਸ ਡੇ